देखो बच्चों एक जोड़ का सम है, प्लस का सम है, सारे जाने देख रहे हो कि प्लस का सम है, ऊपर संख्या दी गई है, थले भी संख्या दी गई है, पर इन थावान यह निशान दिता गया है स्टार का कि वो संख्या दसी जाए कि संख्या जोड़िया और कड़ा आंसर आएगा। जवाब भी एक थाम स्टार दिता गया। हम इस सवाल को अभी ध्यान से समझांगे। इस सवाल को ਜੇਕਰ ਡਿਵਾਈਡ ਕਰ ਦਈਏ ਹਰੇਕ ਪਾਰਟ ਦੇ ਵਿੱਚ ਕਿਹਦੇ ਵਿੱਚ ਕੀ ਜੁੜਿਆ ਤਾਂ ਅਸੀਂ ਚੰਗੀ ਤਰ੍ਹਾਂ ਇਸ ਸਵਾਲ ਨੂੰ ਕਰ ਸਕਦੇ ਹਾਂ। ਦੇਖੋ ਜੋ ਇਹਦੇ ਵਿੱਚ ਲਿਖਿਆ ਹੈ ਕਿ 9 ਦੇ ਵਿੱਚ ਕਿੰਨੇ ਜੋੜੇ ਜਾਣਗੇ 8 ਆਣਗੇ। ਇਹ ਤਾਂ ਤੁਸੀਂ ਵੀ ਜਾਣਦੇ ਜੀ ਕਿ 9 ਤੋਂ ਬਾਅਦ ਦੀ ਸੰਖਿਆ 10 ਹੁੰਦੀ ਹੈ ਤੇ 8 ਤਾਂ ਆ ਨਹੀਂ ਸਕਦੇ, ਪਰ ਇਸ ਤੋਂ ਬਾਅਦ 8 ਸੰਖਿਆ ਕਿੱਥੇ ਆਏਗੀ ਆਪਾਂ ਉਹਨੂੰ ਦੇਖਾਂਗੇ। 9 ਤੋਂ ਬਾਅਦ ਹੈ 10 11 12 13 14 15 16 17 ਤੇ 18 ਇਹਦੇ ਵਿੱਚ ਤੁਸੀਂ ਦੇਖੋ ਇੱਕ 8 ਸੰਖਿਆ ਆ ਗਈ ਹੈ। ਇਹ ਥੱਲੇ ਜਵਾਬ 'ਚ ਵੀ ਆਇਆ ਕਿ 9 ਦੇ ਵਿੱਚ ਕੁਝ ਜੁੜਿਆ ਗਿਆ ਹੈ ਤੇ ਜਵਾਬ 18 ਆਇਆ ਤੇ ਉਹਦੇ ਵਿੱਚੋਂ 8 ਇੱਥੇ ਲਿਖੇ ਨੇ। ਹੁਣ ਅਸੀਂ ਦੇਖਾਂਗੇ ਕਿ ਕਿੰਨੀ ਸੰਖਿਆਵਾਂ ਇਸ ਦੇ ਵਿੱਚ ਜੋੜੀਆਂ ਗਈਆਂ ਨੇ। 1 2 3 4 5 6 7 8 ਤੇ 9, ਯਾਨੀ 9 ਸੰਖਿਆਵਾਂ 9 ਅੰਕ ਨੂੰ ਜੇਕਰ ਇਸ ਦੇ ਵਿੱਚ ਜੋੜ ਦਿੱਤਾ ਜਾਵੇ ਤਾਂ ਜਵਾਬ 18 ਆਏਗਾ। ਯਾਨੀ ਪਹਿਲੇ ਸਟਾਰ ਦੀ ਥਾਂ ਤੇ ਅਸੀਂ 9 ਅੰਕ ਲਗਾਵਾਂਗੇ। ਹੁਣ ਤੁਸੀਂ ਇਹ ਦੇਖਿਆ ਕਿ 9 ਤੇ 18 ਤੋਂ ਤੁਸੀਂ ਜਿਵੇਂ ਜਾਣਦੇ ਕਿ ਜਿਹੜੀ ਸਾਡੀ ਸੱਜੇ ਵੱਲੇ ਵਾਲੀ ਸੰਖਿਆ ਹੁੰਦੀ ਹੈ ਇਕਾਈ ਵਾਲੀ ਸੰਖਿਆ ਨੂੰ ਥੱਲੇ ਲਿਖ ਦਿੱਤਾ ਜਾਂਦਾ ਹੈ ਤੇ ਦਹਾਈ ਵਾਲੀ ਨੂੰ ਅਗਲੀ ਸੰਖਿਆ ਦੇ ਉੱਪਰ ਲਿਖਿਆ ਜਾਂਦਾ ਹੈ ਜਿੱਥੇ ਕਿ ਜੋੜ ਕੀਤਾ ਜਾਂਦਾ। ਹੁਣ ਇਹਦੇ ਵਿੱਚ ਅਸੀਂ ਜੋੜ ਕਰਕੇ ਦੇਖਾਂਗੇ ਕਿ ਜਵਾਬ ਕੀ ਆਏ। ਦੇਖੋ 6 ਤਾਂ 1 7 7 ਤਾਂ 3 10 ਇਹ ਆ ਗਏ 10। ਤੁਸੀਂ ਜਿਵੇਂ ਜਾਣਦੇ ਜੀ ਕਿ ਇਕਾਈ ਦੀ ਸੰਖਿਆ ਅਸੀਂ ਥੱਲੇ ਲਿਖਾਂਗੇ ਤੇ ਦਹਾਈ ਦੀ ਸੰਖਿਆ ਨੂੰ ਅਸੀਂ ਅਗਲੀ ਸੰਖਿਆ ਦੇ ਉੱਪਰ ਹਾਸਲ ਦੇ ਤੌਰ ਦੇ ਉੱਤੇ ਲਿਖ ਸਕਦੇ। ਹੁਣ ਬੱਚਿਓ ਇੱਥੇ ਆ ਗਿਆ 5 ਤੇ 1 6। ਹੁਣ ਦੇਖੋ 6 ਤੋਂ ਪਾਤੇ 9 ਕਿੱਥੇ ਆਉਂਦਾ। 6 7 8 ਤੇ 9 ਯਾਨੀ 1 2 ਤੇ 3, ਯਾਨੀ 6 ਦੇ ਵਿੱਚ ਜੇਕਰ 3 ਜੋੜਿਆ ਜਾਵੇ ਤਾਂ 9 ਬਣਦਾ। ਇਸੇ ਤਰ੍ਹਾਂ ਇੱਥੇ 6 ਹੈ, 6 ਦੇ ਥੱਲੇ ਕਿੰਨੇ ਜੋੜੇ ਗਏ ਨੇ ਕਿ 9 ਬਣ ਗਏ ਨੇ ਤੇ ਜਵਾਬ ਵੀ ਇਸੇ ਵਿੱਚੋਂ ਨਿਕਲ ਆਏਗਾ 3। ਇਸ ਤਰ੍ਹਾਂ ਸਾਡਾ ਇਹ ਸਭ ਹੱਲ ਹੋ ਜਾਏਗਾ ਤੇ ਸਾਨੂੰ ਪਤਾ ਲੱਗ ਜਾਏਗਾ ਕਿ ਜਿੱਥੇ ਸਟਾਰ ਸੀਗਾ ਉੱਥੇ ਕਿਹੜੀ ਸੰਖਿਆ ਆਉਣੀ ਹੈ ਤੇ ਅਸੀਂ ਇਸ ਨੂੰ ਇਸ ਰਾਹੀਂ ਇਸ ਪੈਟਰਨ ਰਾਹੀਂ ਇਸ ਤਰੀਕੇ ਰਾਹੀਂ ਇਸ ਸਵਾਲ ਨੂੰ ਹੱਲ ਕਰ ਸਕਦੇ ਹਾਂ। ਧੰਨਵਾਦ।